ਜੀ ਸਾਰਾ ਅੱਗ ਬਾਰਡਰ ਬੰਦ ਆ ਹਰਿਆਣੇ ਦੀਆਂ ਬੱਸਾਂ ਕ੍ਰੋਸ ਨਹੀਂ ਹੋਣ ਦਿੰਦੇ ਪੰਜਾਬ ਚ ਪੰਜਾਬ ਆਇਆ ਫਿਰ ਬਾਰਡਰ ਕ੍ਰੋਸ ਕਰਕੇ ਤੋਂ ਪੈਦਲ ਚੱਲ ਕੇ ਤੇ ਪਰ ਚੜਾਂਗੇ ਕਿੰਨੇ ਕਿਲੋਮੀਟਰ ਪੈਦਲ ਚੱਲ ਕੇ ਜਾ ਰਹੇ ਹੋ ਹੈਗਾ ਜੀ 1.5-2 ਕਿਲੋਮੀਟਰ ਹਰਿਆਣੇ ਤੋਂ ਪੰਜਾਬ ਜਾ ਰਹੇ ਹੋ ਤੁਸੀਂ ਹਾਂਜੀ ਕਿੱਥੇ ਜਾ ਰਹੇ ਹੋ ਲੁਧਿਆਣਾ ਇੱਥੇ ਬੈਰੀਕੇਡਿੰਗ ਕਰਕੇ ਦਿੱਕਤ ਹੋ ਰਹੀ ਹੈ ਹਾਂਜੀ ਹਾਂ ਕੀ ਦਿੱਕਤ ਹੋ ਰਹੀ ਹੈ ਦਿੱਕਤਾਂ ਕੋਈ ਨਹੀਂ ਜੀ ਕਿਸਾਨਾਂ ਦੀ ਮੰਗ ਪੂਰੀ ਹੋ ਜੇ ਤਾਂ ਦਿੱਕਤ ਹਟ ਜਾਊਗੀ ਕੀ ਨਾਮ ਹੈ ਜੀ ਬਖਸ਼ੀਸ਼ ਸਿੰਘ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਵੀ ਜੋ ਤਿੰਨੇ ਕਾਲੇ ਕਾਨੂੰਨ ਨੇ ਆਰਡੀਨੈਂਸ ਨੇ ਜੋ ਉਹਨਾਂ ਨੂੰ ਰੱਦ ਕੀਤਾ ਜਾਵੇ ਪਬਲਿਕ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੀ ਅੱਜ ਸਟੇਟ ਦਾ ਭਾਰਤ ਦਾ ਗ੍ਰਹਿ ਮੰਤਰੀ ਉਹ ਵੀ ਮੰਨ ਚੁੱਕਿਆ ਜੀ ਕ੍ਰਿਸ਼ੀ ਮੰਤਰੀ ਆਪਣਾ ਤੋਮਰ ਸਾਹਿਬ ਵੀ ਮੰਨ ਚੁੱਕੇ ਨੇ ਵੀ ਹਾਂ ਇਹਦੇ ਵਿੱਚ ਖਾਮੀਆਂ ਨੇ ਜਦੋਂ ਖਾਮੀਆਂ ਨੇ ਕਿਸੇ ਚੀਜ਼ ਦੇ ਵਿੱਚ ਤਾਂ ਉਹਨੂੰ ਰੱਦ ਕੀਤਾ ਜਾਣਾ ਚਾਹੀਦਾ ਜੀ ਇੰਨੀ ਪਬਲਿਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਅਤੇ ਇਹ ਸਰਕਾਰ ਕਿਸਾਨਾਂ ਦੇ ਨਾਲ ਜਾਤੀ ਕਰ ਰਹੀ ਹੈ ਜੀ ਆਹ ਦੇਖੋ ਸ਼ਰੇਆਮੇ ਅਤੇ ਬੈਰੀਕੇਟ ਲਾਏ ਹੋਏ ਨੇ ਜੀ ਕੋਈ ਦੰਗਾ ਨਹੀਂ ਕੋਈ ਫਸਾਦ ਨਹੀਂ ਸਭ ਸ਼ਾਂਤੀ ਵੀ ਰਹੀ ਸਭ ਆਹ ਦੇਖੋ ਜੀ ਆਮ ਪਬਲਿਕ ਟੱਪ ਰਹੀ ਹੈ ਜੀ ਇਹ ਪ੍ਰਸ਼ਾਸਨ ਦਾ ਹਰਿਆਣਾ ਸਰਕਾਰ ਦਾ ਬੀਜੇਪੀ ਦਾ ਬਹੁਤ ਤਾਨਾਸ਼ਾਹੀ ਰਵਿਆ ਜੀ ਜਿਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਕਿੱਥੋਂ ਆਏ ਕਿੱਥੇ ਜਾ ਰਹੇ ਅਸੀਂ ਇੱਧਰੋਂ ਰਤੀ ਤੋਂ ਲੋਕਲ ਪਿੰਡਾਂ ਦੇ ਬੰਦੇ ਹਾਂ ਜੀ ਅਸੀਂ ਗਾਹਾਂ ਬੋਹਾ ਜਾਣਾ ਸੀ ਜੀ ਅਸੀਂ ਆ ਕੇ ਜਦੋਂ ਦੇਖਿਆ ਅਤੇ ਇਸ ਲੋਟ ਬੈਰੀਕੇਟ ਲਾਏ ਹੋਏ ਨੇ ਅਤੇ ਪਹਿਲਾਂ ਵੀ ਇਹਨਾਂ ਨੇ ਬੈਰੀਕੇਟ ਲਾਏ ਨੇ ਬਹੁਤ ਜਾਇਤੀਆਂ ਕੀਤੀਆਂ ਨੇ ਅਸੀਂ ਪ੍ਰਸ਼ਾਸਨ ਦੀ ਸਰਕਾਰ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਜੀ ਜੋ ਕਿਸਾਨ ਹੈ ਉਹ ਫਤਿਹਾਬਾਦ ਮੇਂ ਇੰਟਰੀ ਕਰ ਸਕਦੇ ਹਾਂ ਹਾਂ ਦੇਖੋ ਜੋ ਪੰਜਾਬ ਕੇ ਕਿਸਾਨ ਹੈ ਅਭੀ ਜੋ ਹੈ ਨਾ ਸੰਭਾਵਨਾ ਹੈ ਔਰ ਇਹ ਬੈਰੀਕੇਟਿੰਗ ਔਰ ਜੋ ਹਮਨੇ ਜੋ ਫੋਰਸ ਹਮਨੇ ਆਪਣੀ ਹਾਂ ਡਿਪਲੋਏ ਕੀ ਹੈ ਇਹ ਤੋਂ ਫਰੋਮ ਦਾ ਪੁਆਇੰਟ ਆਫ ਵਿਊ ਆਫ ਸਕਿਉਰਿਟੀ ਕੇ ਲਿਹਾਜ਼ ਸੇ ਇਤਿਹਾਸ ਮੇਂ ਤੋ ਹਮਨੇ ਕੀ ਹੈ ਔਰ ਵੈਸੇ ਵੀ ਹਮਾਰਾ ਜੋ ਇਹ ਏਰੀਆ ਲੱਗਤਾ ਹੈ ਔਰ ਐਸੀ ਕੋਈ ਬਾਤ ਤੋ ਕਹਾਂ ਬੈਰੀਕੇਟਿੰਗ ਕੀ ਗਈ ਬੈਰੀਕੇਟਿੰਗ ਇਹ ਜੋ ਹਮਾਰੇ ਬਾਰਡਰ ਕੇ ਉੱਪਰ ਹਮਾਰੇ ਹਰਿਆਣਾ ਕੇ ਅੰਦਰ ਹੀ ਹੈ ਤੋ ਕਿਸੇ ਆਪ ਦੇਖ ਰਹੇ ਹੋ 100 ਗਜ ਕੀ ਦੂਰੀ ਬੈਰੀਕੇਟਿੰਗ सर जैसे पंजाब की बसें हरियाणा में नहीं आ रही हरियाणा की बसें पंजाब में नहीं जा रही तो उसको लेकर ये क्यों किया गया है कि जो बसें रोक रखी नहीं ऐसी कोई बात नहीं पंजाब की बसें भी आती है हरियाणा में और हरियाणा वाली भी जो है ना जाती है अल्टरनेट रूट है और हमने रूट बता रखे हैं डाइवर्ट करके हमने हॉर्स लगा रखे बाकायदा उसके लिए और इधर से भी अगर जाती है तो भी ये बामनवाड़ा हो जा रही है जो है ना इधर बसें खड़ी है कोई ज़्यादा ऐसी कोई बात नहीं है फिर कोई यूँ लगा लो 100 मीटर भी जो है ना ऑन फुट चल के जाना नहीं पड़ता लोगों को